Everyone, this is a new YouTube channel Way to Maths. So today we will continue with chapter number 6, application of derivative. Application of derivative means whatever we studied about the derivative, that is just a formulations. ਆਪਾਂ ਸਿਰਫ ਫਾਰਮੂਲੇ ਪੜ੍ਹ ਕੇ ਆਏ ਹਾਂ ਚੈਪਟਰ ਨੰਬਰ 5 ਦੇ ਵਿੱਚ ਵੀ ਡੈਰੀਵੇਟਿਵ ਦੇ ਕੀ ਫਾਰਮੂਲੇ ਆ, ਕਿਸ ਤਰ੍ਹਾਂ ਆਪਾਂ ਉਹਨੂੰ ਸੋਲਵ ਕਰ ਸਕਦੇ ਹਾਂ। ਹੁਣ ਆਪਾਂ ਉਹਦੇ ਯੂਜਿਸ ਪੜ੍ਹਾਂਗੇ ਵੀ ਆਪਾਂ ਉਹਦੇ ਯੂਜ਼ ਕੀ ਕਰ ਸਕਦੇ ਹਾਂ। ਤਾਂ ਆਪਣੇ ਕੋਲ 6.1 ਐਕਸਰਸਾਈਜ਼ ਜੋ ਤੁਹਾਡੇ ਸਿਲੇਬਸ ਦਾ ਹਿੱਸਾ ਹੁਣ ਨਹੀਂ ਹੈ, ਸੋ ਵੀ ਵਿਲ ਡਾਇਰੈਕਟਲੀ ਕੰਟੀਨਿਊ ਵਿਦ ਐਕਸਰਸਾਈਜ਼ 6.2। ਅਤੇ 6.2 ਐਕਸਰਸਾਈਜ਼ ਆਪਾਂ ਪੜ੍ਹਾਂਗੇ ਇਨਕਰੀਜ਼ਿੰਗ ਐਂਡ ਡਿਕਰੀਜ਼ਿੰਗ ਫੰਕਸ਼ਨਸ। ਹੁਣ ਇਨਕਰੀਜ਼ਿੰਗ ਡਿਕਰੀਜ਼ਿੰਗ ਫੰਕਸ਼ਨਸ ਪੜ੍ਹਨ ਦੇ ਲਈ ਥੋੜ੍ਹੀ ਜਿਹੀ ਆਪਾਂ ਨੂੰ ਉਹਦੀ ਇੰਟਰੋਡਕਸ਼ਨ ਦਾ ਪਾਰਟ ਜੋ ਹੈ ਉਹ ਰਿਕੁਆਇਰਡ ਹੈ, ਸੋ ਆਪਾਂ ਇੰਟਰੋਡਕਸ਼ਨ ਪਾਰਟ ਨੂੰ ਪਹਿਲਾਂ ਸੋਲਵ ਕਰਦੇ ਹਾਂ। ਠੀਕ ਹੈ ਜੀ, ਤਾਂ ਹੁਣ ਦੇਖੋ, ਮੰਨ ਕੇ ਚੱਲੋ ਆਪਾਂ ਜੋ +1 ਕਲਾਸ ਦੇ ਸਟੇਟ ਲਾਈਨ ਚੈਪਟਰ 'ਚ ਪੜ੍ਹਿਆ ਸੀ ਇਕੁਏਸ਼ਨ ਆਫ ਅ ਲਾਈਨ ਵਾਈ ਇਜ਼ ਇਕੁਅਲ ਟੂ MX+C। ਇਹ ਇਕੁਏਸ਼ਨ ਆਫ ਅ ਲਾਈਨ ਆ। ਹੁਣ ਐੱਮ ਕੀ ਹੁੰਦੀ ਸੀ ਇੱਥੇ ਐੱਮ ਹੁੰਦੀ ਸੀ ਆਪਣੀ ਸਲੋਪ ਕਿਸੇ ਵੀ ਚੀਜ਼ ਦੀ। ਤਾਂ ਹੁਣ ਆਪਾਂ ਕਰਨਾ ਕੀ ਹੈ ਕਿ ਮੈਂ ਲਿਖ ਸਕਦਾ ਵਾਈ ਇਜ਼ ਇਕੁਅਲਸ ਟੂ X+2। ਠੀਕ ਹੈ ਜੀ, ਜਾਂ ਫਿਰ 1X+2 ਲਿਖ ਲਓ। ਐਂਡ ਇੱਕ ਮੈਂ ਲਾਈਨ ਲਿਖ ਲੈਂਦਾ ਇੱਥੇ ਵਾਈ ਇਜ਼ ਇਕੁਅਲਸ ਟੂ -X+2, ਜਾਂ ਫਿਰ ਤੁਸੀਂ ਇੱਥੇ 1 ਵੀ ਯੂਜ਼ ਕਰ ਸਕਦੇ ਹੋ। ਹੁਣ ਇਹਨਾਂ ਦੋਨਾਂ ਲਾਈਨਾਂ ਦੇ ਵਿੱਚ ਐੱਮ ਜੋ ਹੈ ਉਹ ਸਲੋਪ ਆ। ਠੀਕ ਹੈ ਜੀ, ਤਾਂ ਆਪਾਂ ਇਹਨੂੰ ਪਲੋਟ ਕਿਵੇਂ ਕਰਦੇ ਹੁੰਦੇ ਸੀ? ਪਲੋਟ ਕਰਨ ਦੇ ਤਰੀਕੇ ਆਪਣੇ ਕੋਲ 2 ਹੁੰਦੇ ਸੀ। ਇੱਕ ਆਪਾਂ 10th ਕਲਾਸ 'ਚ ਪੜ੍ਹਿਆ ਸੀ, ਉਹ ਤਰੀਕਾ ਕੀ ਸੀ? X0 ਪੁੱਟ ਕਰ ਦਿਉ, Y ਦੀ ਵੈਲਿਊ ਆ ਜਾਓ, ਇੱਦਾਂ ਉੱਦਾਂ, ਹੈ ਨਾ। ਅਤੇ ਇੱਕ ਆਪਾਂ ਹੁਣ ਡਾਇਰੈਕਟਲੀ ਸਿੱਧਾ ਕਰਾਂਗੇ, ਇੰਟਰਸੈਪਟ ਕਿੰਨਾ ਹੁੰਦਾ, ਇਹਨੂੰ ਇੰਟਰਸੈਪਟ ਬੋਲਦੇ ਹਾਂ ਆਪਾਂ। ਸਲੋਪ ਇੰਟਰਸੈਪਟ ਫੋਰਮ ਹੁੰਦੀ ਹੈ ਇਹ ਆਪਣੇ ਕੋਲ, ਇਹ ਇੰਟਰਸੈਪਟ ਆ 2। ਤਾਂ 2 ਇੱਥੇ ਕਿਤੇ ਹੋਏਗਾ, ਅਤੇ ਇਹ ਕਿੰਨਾ ਵਾ ਆਪਣੇ ਕੋਲ? 1। ਦੇਖੋ, ਜਦੋਂ ਸਲੋਪ ਪੋਜ਼ਿਟਿਵ ਆ ਤਾਂ ਉਹ ਜਿਹੜੀ ਲਾਈਨ ਦੀ ਇਕੁਏਸ਼ਨ ਆ ਉਹ ਕੁਝ ਇਸ ਤਰ੍ਹਾਂ ਬਣੇਗੀ, ਅਪਵਰਡ ਡਾਇਰੈਕਸ਼ਨ 'ਚ। ਇਹਦਾ ਮੀਨਿੰਗ ਸਮਝੋ ਵੀ ਅਪਵਰਡ ਡਾਇਰੈਕਸ਼ਨ ਵੱਲ ਕੀ ਆ, ਕਿਉਂ ਆ। ਦੇਖੋ, ਇਹ ਕੀ ਆ, ਲਾਈਨ ਦੀ ਇਕੁਏਸ਼ਨ ਇਨਕਰੀਜ਼ ਕਰਦੀ ਜਾ ਰਹੀ ਹੈ, ਜਿਵੇਂ ਜਿਵੇਂ ਐਕਸ ਦੀਆਂ ਵੈਲਿਊਜ਼ ਵੀ ਕੀ ਹੋ ਰਹੀਆਂ ਨੇ, ਇਨਕਰੀਜ਼ ਹੁੰਦੀਆਂ ਜਾ ਰਹੀਆਂ ਨੇ। ਸੋ ਉਸ ਅਕੋਰਡਿੰਗ ਲਾਈਨ ਦੀ ਵੈਲਿਊ ਵੀ ਕੀ ਆ, ਅੱਗੇ ਦੀ ਅੱਗੇ ਇਨਕਰੀਜ਼ ਹੁੰਦੀ ਜਾਊਗੀ। ਹੁਣ ਆਪਾਂ ਗ੍ਰਾਫ ਪਲੋਟ ਕਰਦੇ ਹਾਂ ਦੂਸਰਾ। ਇਹਦੇ ਵਿੱਚ ਵੀ ਆਪਣੇ ਕੋਲ ਵਾਈ ਦਾ ਜੋ ਇੰਟਰਸੈਪਟ ਦਿੱਤਾ ਹੋਇਆ ਉਹ 2 ਦਿੱਤਾ ਹੋਇਆ, ਅਤੇ ਸਲੋਪ ਕਿੰਨੀ ਹੈ? -1। ਤਾਂ ਇਹਦੀ ਜਿਹੜੀ ਸਲੋਪ ਹੈ ਉਹ ਕੁਝ ਇਸ ਤਰ੍ਹਾਂ ਬਣੇਗੀ, ਮਤਲਬ ਐਕਸ ਦੀਆਂ ਵੈਲਿਊਜ਼ ਜਿਵੇਂ ਜਿਵੇਂ ਇਨਕਰੀਜ਼ ਹੋ ਰਹੀਆਂ ਨੇ, ਫੰਕਸ਼ਨ ਦੀ ਵੈਲਿਊ ਉਸੇ ਤਰ੍ਹਾਂ ਹੀ ਕੀ ਹੋ ਰਹੀ ਹੈ, ਡਿਕਰੀਜ਼ ਹੋ ਰਹੀ ਹੈ। ਤਾਂ ਇਹਨਾਂ ਨੂੰ ਆਪਾਂ ਬੋਲਦੇ ਹਾਂ ਇਨਕਰੀਜ਼ਿੰਗ ਐਂਡ ਡਿਕਰੀਜ਼ਿੰਗ ਫੰਕਸ਼ਨਸ। ਠੀਕ ਹੈ ਜੀ, ਇਹ ਹੋ ਗਿਆ ਆਪਣਾ ਇਨਕਰੀਜ਼ਿੰਗ ਅਤੇ ਡਿਕਰੀਜ਼ਿੰਗ ਦਾ ਸਟ੍ਰੇਟ ਲਾਈਨ ਦੇ ਵਿੱਚ ਕਨਸੈਪਟ। ਹੁਣ ਆਪਾਂ ਇਸੇ ਕਨਸੈਪਟ ਨੂੰ ਥੋੜ੍ਹਾ ਐਕਸਟੈਂਡ ਕਰਦੇ ਹਾਂ। ਐਕਸਟੈਂਡ ਆਪਾਂ ਇਹਨੂੰ ਕਿੱਥੇ ਤੱਕ ਕਰ ਸਕਦੇ ਹਾਂ? ਹੁਣ ਆਪਾਂ ਇਹਨੂੰ ਐਕਸਟੈਂਡ ਕਰਾਂਗੇ sin x ਦਾ। ਮੰਨ ਕੇ ਚੱਲੋ, ਤੁਹਾਨੂੰ ਵਾਈ ਇਜ਼ ਇਕੁਅਲ ਟੂ ਇੱਕ ਫੰਕਸ਼ਨ ਦਿੱਤਾ ਹੋਇਆ sin x। ਹੁਣ sin x ਇਨਕਰੀਜ਼ਿੰਗ ਆ ਜਾਂ ਡਿਕਰੀਜ਼ਿੰਗ ਆ, ਤੁਸੀਂ ਉਹਦੇ ਬਾਰੇ ਗੱਲ ਕਰਨੀ ਆ, ਤਾਂ ਉਹ ਗੱਲ ਤੁਸੀਂ ਕਿਵੇਂ ਕਰੋਗੇ? ਦੇਖੋ ਰਾਜੇ, ਆਪਾਂ ਸਾਰੇ ਜਾਣਦੇ ਹਾਂ ਵੀ sin θ ਦਾ ਜਿਹੜਾ ਗ੍ਰਾਫ ਹੈ, ਜੋ ਆਪਾਂ +1 ਕਲਾਸ ਪੜ੍ਹ ਕੇ ਵੀ ਆਏ ਹਾਂ, ਉਹ ਗ੍ਰਾਫ ਕਿਸ ਤਰ੍ਹਾਂ ਦਾ ਹੁੰਦਾ? ਕੁਛ ਇਸ ਤਰ੍ਹਾਂ ਦਾ ਗ੍ਰਾਫ ਹੁੰਦਾ। ਇੱਥੇ ਵੈਲਿਊ ਹੁੰਦੀ ਹੈ ਆਪਣੇ ਕੋਲ π/2, ਇੱਥੇ ਪਾਈ ਹੁੰਦੀ ਹੈ, ਠੀਕ ਹੈ, ਇੱਦਾਂ ਹੀ ਐਂਡ ਸੋਨ ਚੱਲਦੀਆਂ ਜਾਂਦੀਆਂ, ਇੱਥੇ 0 ਹੁੰਦੀ ਹੈ ਵੈਲਿਊ ਉਹਦੀ। ਸੋ ਇਸ ਗ੍ਰਾਫ ਦੇ ਵਿੱਚ ਜੇ ਮੈਂ ਤੁਹਾਨੂੰ, ਹੁਣ ਦੇਖੋ, ਇਹ ਤਾਂ ਤੁਸੀਂ ਪਹਿਲਾਂ ਹੀ ਦੇਖ ਕੇ ਦੱਸਤਾ ਵੀ ਆਹ ਸਲੋਪ ਡਾਊਨਵਰਡ ਆ ਤਾਂ ਡਿਕਰੀਜ਼ਿੰਗ ਆ, ਇਹਦੀ ਸਲੋਪ ਅਪਵਰਡ ਆ ਤਾਂ ਇਹ ਇਨਕਰੀਜ਼ਿੰਗ ਆ। ਬਟ ਪ੍ਰੋਬਲਮ ਕਿੱਥੇ ਆਉਂਦੀ ਆ? f(x) = sin x ਦੀ ਪ੍ਰੋਬਲਮ ਆਉਂਦੀ ਹੈ। sin x ਦਾ ਗ੍ਰਾਫ ਜਿਹੜਾ ਕੁਛ ਇਸ ਤਰ੍ਹਾਂ ਜਾ ਰਿਹਾ। ਹੁਣ ਮੈਨੂੰ ਪਤਾ ਵਾ ਵੀ ਇੱਥੇ ਇਨਕਰੀਜ਼ਿੰਗ ਆ, ਇੱਥੇ ਡਿਕਰੀਜ਼ਿੰਗ ਆ, ਇੱਥੇ ਇਨਕਰੀਜ਼ਿੰਗ ਆ, ਇੱਥੇ ਡਿਕਰੀਜ਼ਿੰਗ ਆ। ਤਾਂ ਹੁਣ ਤੁਸੀਂ ਇਹ ਕੁਸ਼ਚਨ ਅਰਾਈਜ਼ ਕਰ ਸਕਦੇ ਹੋ ਵੀ sin x ਦਾ, ਜਦੋਂ ਮੈਂ ਤੁਹਾਨੂੰ ਪੁੱਛਾਂ ਵੀ sin x ਇਨਕਰੀਜ਼ਿੰਗ ਫੰਕਸ਼ਨ ਹੈ ਜਾਂ ਡਿਕਰੀਜ਼ਿੰਗ ਫੰਕਸ਼ਨ ਆ, ਤਾਂ ਤੁਹਾਡਾ ਕੁਸ਼ਚਨ ਮੇਰੇ ਕੋਲ ਇਹ ਅਰਾਈਜ਼ ਹੁੰਦਾ ਵਾ
ਵੀ ਇਹ ਤੁਸੀਂ ਇਹ ਦੱਸੋ ਵੀ ਕਿਹੜੇ ਇੰਟਰਵਲ ਦੀ ਗੱਲ ਕਰ ਰਹੇ ਹੋ, ਉਸ ਇੰਟਰਵਲ ਦੇ ਵਿੱਚ ਜਾ ਕੇ ਆਪਾਂ ਨੂੰ ਪਤਾ ਚੱਲੂਗਾ ਵੀ ਫੰਕਸ਼ਨ ਇਨਕਰੀਜ਼ਿੰਗ ਹੈ ਜਾਂ ਡਿਕਰੀਜ਼ਿੰਗ ਹੈ। ਠੀਕ ਹੈ ਜੀ, ਤਾਂ ਹੁਣ ਜੇ ਮੈਂ ਮੰਨ ਲਓ ਗੱਲ ਕਰਾਂ, ਮੈਂ ਕਹਾਂ ਵੀ ਐਫ ਐਕਸ ਜੋ ਹੈ ਉਹ ਇਕੁਅਲ ਆ ਸਾਈਨ ਐਕਸ ਦੇ, ਠੀਕ ਹੈ, ਅਤੇ ਇੰਟਰਵਲ ਮੈਂ ਤੁਹਾਨੂੰ ਦਿੱਤਾ 0 to π/2, ਤਾਂ ਤੁਸੀਂ ਮੈਨੂੰ ਕੀ ਕਹੋਗੇ ਵੀ 0 to π/2 ਤੱਕ ਇਹ ਫੰਕਸ਼ਨ ਕੀ ਹੋ ਰਿਹਾ, ਲਗਾਤਾਰ ਇਨਕਰੀਜ਼ ਹੋ ਰਿਹਾ, ਤਾਂ ਆਪਾਂ ਇੱਥੇ ਇਨਕਰੀਜ਼ਿੰਗ ਲਿਖ ਦਾਂਗੇ। ਉਸੇ ਤਰ੍ਹਾਂ ਹੀ ਜੇ ਮੈਂ ਗੱਲ ਕਰਾਂ ਐਫ ਐਕਸ ਇਕੁਅਲ ਟੂ ਸਾਈਨ ਐਕਸ π/2 ਤੋਂ ਲੈ ਕੇ ਪਾਈ ਤੱਕ, ਤਾਂ ਉੱਥੋਂ ਇਹ ਫੰਕਸ਼ਨ ਕੀ ਹੋ ਰਿਹਾ ਵਾ, ਡਿਕਰੀਜ਼। ਮਤਲਬ ਇਹ ਫੰਕਸ਼ਨ, ਹੁਣ ਜੇ ਮੈਂ ਗੱਲ ਕਰਾਂ ਵੀ ਐਫ ਐਕਸ ਇਕੁਅਲ ਟੂ ਸਾਈਨ ਐਕਸ 0 to π, ਇਸ ਇੰਟਰਵਲ ਦੇਖੋ ਇੰਨੇ ਇੰਟਰਵਲ 'ਚ ਇਨਕਰੀਜ਼ ਹੈ, ਇੰਨੇ 'ਚ ਡਿਕਰੀਜ਼ ਹੈ, ਤਾਂ ਇਹਦੇ ਵਿੱਚ ਕੀ ਹੋਏਗਾ, ਇਹਦੇ ਵਿੱਚ ਉਹ ਫੰਕਸ਼ਨ ਆਪਾਂ ਕੀ ਲਿਖਾਂਗੇ, ਨਾਈਦਰ ਇਨਕਰੀਜ਼ਿੰਗ ਨੋਰ ਡਿਕਰੀਜ਼ਿੰਗ, ਨਾ ਹੀ ਇਹ ਫੰਕਸ਼ਨ ਇਹਦੇ 'ਚ ਇਨਕਰੀਜ਼ਿੰਗ ਹੋਇਆ ਅਤੇ ਨਾ ਹੀ ਇਹ ਫੰਕਸ਼ਨ ਇਹਦੇ 'ਚ ਕੀ ਆ, ਡਿਕਰੀਜ਼ਿੰਗ ਹੋਇਆ। ਉਹਦਾ ਰੀਜ਼ਨ ਕੀ ਆ ਵੀ ਤੁਸੀਂ ਤਾਂ ਕਹੋਗੇ ਵੀ ਇਹ ਇਨਕਰੀਜ਼ ਵੀ ਕਰ ਰਿਹਾ ਵਾ, ਡਿਕਰੀਜ਼ ਵੀ ਕਰ ਰਿਹਾ, ਤਾਂ ਆਪਾਂ ਇਹ ਕਿਉਂ ਲਿਖਿਆ। ਦੇਖੋ ਰਾਜੀ, ਇੱਕ ਪਰਟੀਕੁਲਰ ਇੰਟਰਵਲ 'ਚ ਇਨਕਰੀਜ਼ ਕਰ ਰਿਹਾ, ਪਰਟੀਕੁਲਰ 'ਚ ਡਿਕਰੀਜ਼ ਕਰ ਰਿਹਾ। ਉਹਨੇ ਕੁਸ਼ਚਨ 'ਚ ਆਪਾਂ ਨੂੰ ਇਹ ਪੁੱਛਿਆ ਸੀ ਵੀ ਇਹ ਦੱਸੋ ਵੀ ਫੰਕਸ਼ਨ ਇਨਕਰੀਜ਼ਿੰਗ ਹੈ ਜਾਂ ਡਿਕਰੀਜ਼ਿੰਗ ਆ। ਇੱਕ ਚੀਜ਼ ਦੱਸਣੀ ਆ ਆਪਾਂ, ਦੋਨੋਂ ਇਕੱਠੀਆਂ ਨਹੀਂ ਦੱਸਣੀਆਂ ਉਹਨੇ, ਇੱਕ ਇਨਕਰੀਜ਼ਿੰਗ ਐਂਡ ਡਿਕਰੀਜ਼ਿੰਗ ਨਹੀਂ ਪੁੱਛਿਆ, ਉਹਨੇ ਪੁੱਛਿਆ ਵਾ ਇਨਕਰੀਜ਼ਿੰਗ ਹੈ ਜਾਂ ਡਿਕਰੀਜ਼ਿੰਗ ਹੈ। ਜਦੋਂ ਔਰਵਰਡ ਉਹ ਯੂਜ਼ ਕਰ ਲੈਂਦੇ ਆ ਨਾ, ਤਾਂ ਇਸ ਇੰਟਰਵਲ 'ਚ ਇਨਕਰੀਜ਼ਿੰਗ ਵੀ ਆ ਡਿਕਰੀਜ਼ਿੰਗ ਵੀ ਆ, ਦੋਨੋਂ ਹੀ ਆ। ਇਸ ਕਰਕੇ ਆਪਾਂ ਲਿਖਾਂਗੇ ਵੀ ਨਾ ਉਹ ਇਨਕਰੀਜ਼ ਕਰੂਗਾ ਅਤੇ ਨਾ ਹੀ ਉਹ ਡਿਕਰੀਜ਼ ਕਰੂਗਾ। ਇਹ ਤਾਂ ਸੀਗੀ ਸਾਈਨ ਐਕਸ ਦੀ ਐਗਜ਼ਾਮਪਲ। ਲੈਟ ਅਸ ਡੂ ਸਮ ਮੋਰ ਇੰਟਰੋ ਪਾਰਟ। ਹੁਣ ਰਾਜੇ, ਇੱਥੇ ਆਪਾਂ ਕਹਿੰਦੇ 0 to π/2 ਦੇ ਵਿੱਚ ਫੰਕਸ਼ਨ ਇਨਕਰੀਜ਼ਿੰਗ ਆ, ਠੀਕ ਆ, ਵੀ ਇਹਦੀ ਵੈਲਿਊ ਵੱਧਦੀ ਜਾ ਰਹੀ। ਤੁਸੀਂ ਪਾਈ ਚਾਰਟ, ਤੁਸੀਂ ਇਹਦਾ ਵੈਲਿਊ ਚਾਰਟ ਦੇਖਿਆ ਹੋਣਾ, ਵੈਲਿਊ ਚਾਰਟ ਸਾਈਨ 0 0 ਹੁੰਦਾ, π/2 ਤੱਕ 0 to 1 ਤੱਕ ਜਾ ਰਹੇ ਹਾਂ ਆਪਾਂ। ਹੁਣ ਪ੍ਰੋਬਲਮ ਇਹ ਆ ਵੀ ਉੱਪਰ ਆਪਾਂ ਸਲੋਪ ਦੀ ਗੱਲ ਕੀਤੀ ਸੀ, ਇੱਥੇ ਆਪਾਂ ਸਲੋਪ ਦੀ ਗੱਲ ਕਰ ਸਕਦੇ ਹਾਂ ਨਹੀਂ ਕਰ ਸਕਦੇ? ਯੈਸ, ਬਿਲਕੁਲ ਕਰ ਸਕਦੇ ਹਾਂ। ਤੁਸੀਂ ਆ 0 to π/2 ਵਾਲੀ ਜਿਹੜੀ ਕਰਵ ਆ ਨਾ, ਇੰਨੀ ਇਹ ਵਾਲੀ ਕਰਵ, ਇਹਦੇ ਉੱਪਰ ਕੋਈ ਵੀ ਪੁਆਇੰਟ ਚੂਜ਼ ਕਰ ਲਓ, ਕੋਈ ਵੀ ਪੁਆਇੰਟ, ਤਾਂ ਉਹਦੇ ਉੱਪਰ ਟੈਂਜੈਂਟ ਡਰਾ ਕਰੋ। ਟੈਂਜੈਂਟਸ, ਕੋਈ ਵੀ ਪੁਆਇੰਟ ਚੂਜ਼ ਕਰੋ, ਉਹਦੇ ਉੱਪਰ ਟੈਂਜੈਂਟਸ ਡਰਾ ਕਰ ਲਓ, T1, T2, say T3, ਕੋਈ ਵੀ ਪੁਆਇੰਟ, ਤਾਂ ਉਹਨਾਂ ਸਾਰੇ ਟੈਂਜੈਂਟਸ ਦੀ ਜਿਹੜੀ ਸਲੋਪ ਆ ਉਹ ਕੀ ਆ ਰਹੀ ਆ ਆਪਣੇ ਕੋਲ? ਪੋਜ਼ਿਟਿਵ ਸਲੋਪ ਆ ਰਹੀ ਆ। ਪੋਜ਼ਿਟਿਵ ਸਲੋਪ ਮਤਲਬ ਗ੍ਰੇਟਰ ਦੈਨ 0, ਇਹ ਸਲੋਪ ਆਪਣੇ ਕੋਲ ਆ ਰਹੀ ਹੈ। ਅਤੇ ਇਹਦੇ ਡਿਕਰੀਜ਼ਿੰਗ ਵਾਲੇ ਪਾਰਟ ਦੇ ਉੱਪਰ ਤੁਸੀਂ ਰਾਜੇ ਕੋਈ ਵੀ ਪੁਆਇੰਟ ਚੂਜ਼ ਕਰਕੇ ਦੇਖੋ, ਕੋਈ ਵੀ 3 points ਚੂਜ਼ ਕਰ ਲਓ, ਤਾਂ ਉਹਨਾਂ ਸਾਰਿਆਂ ਦੇ ਉੱਪਰ ਡਰਾਉਣ ਹੋਣ ਵਾਲੇ ਟੈਂਜੈਂਟਸ ਦੀ ਜਿਹੜੀ ਸਲੋਪ ਆਏਗੀ ਉਹ ਕੀ ਆਏਗੀ? ਨੈਗੇਟਿਵ ਆਏਗੀ। ਠੀਕ ਹੈ, ਤਾਂ ਇਹਦਾ ਮਤਲਬ ਹੁਣ ਸਲੋਪ ਹੁੰਦੀ ਕੀ ਹੈ? ਸਲੋਪ ਹੁੰਦੀ ਆ ਆਪਣੇ ਕੋਲ f'x ਡੈਰੀਵੇਟਿਵ। ਮਤਲਬ ਕੀ ਹੈ, ਜੇ ਡੈਰੀਵੇਟਿਵ ਗ੍ਰੇਟਰ ਦੈਨ 0 ਆ ਜਾਵੇ ਤਾਂ ਫੰਕਸ਼ਨ ਆਪਣੇ ਕੋਲ ਸਿੱਧਾ ਕੀ ਹੈ? ਇਨਕਰੀਜ਼ਿੰਗ ਆ। ਅਤੇ ਜੇ ਡੈਰੀਵੇਟਿਵ ਆਪਣੇ ਕੋਲ ਲੈੱਸ ਦੈਨ 0 ਆ ਜਾਵੇ ਤਾਂ ਜਿਹੜਾ ਫੰਕਸ਼ਨ ਆ ਉਹ ਆਪਣੇ ਕੋਲ ਕੀ ਹੋ ਜਾਂਦਾ? ਡਿਕਰੀਜ਼ਿੰਗ। ਇਹ ਤਾਂ ਸੀ ਸਾਈਨ ਐਕਸ ਦਾ ਫੰਕਸ਼ਨ, ਸਾਈਨ ਐਕਸ ਦਾ ਮੈਨੂੰ ਗ੍ਰਾਫ ਯਾਦ ਸੀ, ਤਾਂ ਮੈਂ ਸਲੋਪ ਦੀ ਵੀ ਗੱਲ ਕੀਤੀ, ਸਾਰੀ ਚੀਜ਼ ਦੀ। ਹੁਣ ਮੰਨ ਕੇ ਚੱਲੋ ਵੀ ਤੁਹਾਨੂੰ ਐਫ ਐਕਸ ਇੱਕ ਇਹੋ ਜਿਹਾ ਫੰਕਸ਼ਨ ਆ ਜਾਵੇ, x^4+1, x^5+3, ਤਾਂ ਇਸ ਫੰਕਸ਼ਨ ਦਾ ਹੁਣ ਤੁਸੀਂ ਗ੍ਰਾਫ ਕਿਵੇਂ ਬਣਾਓਗੇ? ਇਹ ਗ੍ਰਾਫ ਬਣਾਉਣਾ ਇਹਦਾ ਪੋਸੀਬਲ ਨਹੀਂ ਹੋਣਾ ਜਲਦੀ ਜਲਦੀ। ਠੀਕ ਹੈ ਜੀ, ਤਾਂ ਗ੍ਰਾਫ ਬਣਾਏ ਬਿਨਾਂ ਆਪਾਂ ਇਸ ਫੰਕਸ਼ਨ ਨੂੰ ਇਹ ਦੱਸਣਾ ਵਾ ਵੀ ਇਹ ਇਨਕਰੀਜ਼ਿੰਗ ਹੈ ਜਾਂ ਡਿਕਰੀਜ਼ਿੰਗ ਆ। ਹੁਣ ਉਹ ਆਪਾਂ ਕਿਵੇਂ ਦੱਸਾਂਗੇ ਉਹ ਦੇਖੋ। ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਆਪਾਂ ਨੂੰ ਸਲਿਊਸ਼ਨ ਜੋ ਚਾਹੀਦਾ ਸੀ, ਉਹ ਸਲਿਊਸ਼ਨ ਹੈ ਕੀ ਹੈ? ਦੇਖੋ, ਉਹ ਡੈਰੀਵੇਟਿਵ ਆ, ਸਿੱਧੀ ਜੀ ਗੱਲ ਆ, ਕਿਉਂਕਿ ਆਪਾਂ ਹਰ ਇੱਕ ਕਰਵ, ਜਿਹੜੀ ਵੀ ਕਰਵ ਆਪਾਂ ਡਰਾ ਕਰਦੇ ਹਾਂ, ਆਪਾਂ ਉਹਦੇ ਉੱਪਰ ਕਿਸੇ ਪਰਟੀਕੁਲਰ ਪੁਆਇੰਟ ਦੇ ਉੱਪਰ ਕੀ ਕਰਦੇ ਹੁੰਦੇ ਹਾਂ? ਡਿਫਰੈਂਸ਼ੀਏਸ਼ਨ ਸਲੋਪ, ਆਪਾਂ ਉਹਦੀ ਮਤਲਬ ਟੈਂਜੈਂਟ ਦੀ ਸਲੋਪ ਕੱਢਦੇ ਹਾਂ। ਜੇ ਉਹ ਸਲੋਪ ਪੋਜ਼ਿਟਿਵ ਆ ਜਾਂਦੀ ਹੈ ਤਾਂ ਆਪਾਂ ਕਹਿੰਦੇ ਹਾਂ ਵੀ ਠੀਕ ਆ, ਜੇ ਨੈਗੇਟਿਵ ਆਉਂਦੀ ਤਾਂ ਵੀ ਆਪਾਂ ਕਹਿੰਦੇ ਹਾਂ ਓਕੇ ਆ ਵੀ ਡਿਕਰੀਜ਼ਿੰਗ ਫੰਕਸ਼ਨ ਹੋਊਗਾ। ਸੋ ਉਸੇ ਤਰ੍ਹਾਂ ਨਾਲ ਆਪਾਂ ਇਹਦੇ ਕੁਸ਼ਚਨਸ ਨੂੰ ਸੋਲਵ ਕਰਾਂਗੇ। ਸੋ ਕੁਸ਼ਚਨ ਸੋਲਵ ਕਰਨੇ ਸਟਾਰਟ ਕਰਦੇ ਹਾਂ। ਲੈਟ ਅਸ ਸਟਾਰਟ ਵਿਦ ਕੁਸ਼ਚਨ ਨੰਬਰ 1।
ਫਸਟ ਕੁਐਸਚਨ ਦੀ ਸਟੇਟਮੈਂਟ ਅਕੋਰਡਿੰਗ ਟੂ ਯੂਅਰ NCERT ਬੁੱਕ ਇਜ਼ ਦੈਟ ਸ਼ੋ ਦੈਟ ਦਾ ਫੰਕਸ਼ਨ ਗਿਵਨ ਬਾਈ FX ਇਕੁਅਲ ਟੂ 3X ਪਲੱਸ 17 ਇਜ਼ ਸਟ੍ਰਿਕਟਲੀ ਇਨਕਰੀਜ਼ਿੰਗ ਔਨ R। ਇਹ ਸਟ੍ਰਿਕਟਲੀ ਇਨਕਰੀਜ਼ਿੰਗ ਆ R ਦੇ ਉੱਪਰ। ਦੇਖੋ ਆਪਾਂ ਇਹਦੀ ਸਲੋਪ ਚੈੱਕ ਕਰਨੀ ਹੈ। ਵੈਸੇ ਤਾਂ ਇਹ ਸਲੋਪ ਇੰਟਰਸੈਪਟ ਫੋਰਮ ਦਿੱਤੀ ਹੋਈ ਆ, ਆਪਾਂ ਨੂੰ ਪਤਾ ਵਾ ਵੀ F'X ਜਿਹੜੀ ਕਿ ਸਲੋਪ ਆ M, ਉਹ ਇਹਦੇ 'ਚ ਡਾਇਰੈਕਟਲੀ ਕਿੰਨੀ ਆਜੂਗੀ? 3 ਆਜੂ, ਅਤੇ 3 ਜੋ ਹੁੰਦਾ ਵਾ ਸਟ੍ਰਿਕਟਲੀ ਗ੍ਰੇਟਰ ਦੈਨ ਕਿਤੋਂ ਹੁੰਦਾ ਵਾ? 0 ਤੋਂ। ਜੇ ਸਟ੍ਰਿਕਟਲੀ ਗ੍ਰੇਟਰ ਦੈਨ ਆ ਤਾਂ ਆਪਾਂ ਕੀ ਲਿਖਾਂਗੇ? ਇਜ਼ ਸਟ੍ਰਿਕਟਲੀ ਇਨਕਰੀਜ਼ਿੰਗ, ਇਨ R। ਠੀਕ ਹੈ ਜੀ, ਇਹ ਸੀਗਾ ਤੁਹਾਡਾ ਫਸਟ ਕੁਐਸਚਨ, ਇੱਥੇ ਓਵਰ ਹੋ ਜਾਂਦਾ। ਠੀਕ ਹੈ, ਸਿਮਿਲਰਲੀ ਯੂ ਕੈਨ ਡੂ ਸੈਕਿੰਡ ਕੁਐਸਚਨ, ਤੁਸੀਂ ਖੁਦ ਕਰ ਸਕਦੇ ਹੋ ਉਸੇ ਤਰ੍ਹਾਂ ਨਾਲ। ਥਰਡ ਕੁਐਸਚਨ ਦੇਖੋ, ਸ਼ੋ ਦੈਟ ਦਾ ਫੰਕਸ਼ਨ ਗਿਵਨ ਬਾਈ FX ਇਕੁਅਲ ਟੂ ਸਾਈਨ ਐਕਸ। FX ਦੀ ਵੈਲਿਊ ਦਿੱਤੀ ਹੋਈ ਹੈ ਆਪਾਂ ਨੂੰ ਸਾਈਨ ਐਕਸ, ਤਾਂ ਉਹ ਕਹਿ ਰਿਹਾ ਸਟ੍ਰਿਕਟਲੀ ਇਨਕਰੀਜ਼ਿੰਗ ਆ 0 to π/2 ਦੇ ਵਿੱਚ ਆਪਣੇ ਕੋਲ ਇਹ, ਅਤੇ ਸਟ੍ਰਿਕਟਲੀ ਡਿਕਰੀਜ਼ਿੰਗ ਆ ਆਪਣੇ ਕੋਲ π/2 ਤੋਂ ਲੈ ਕੇ ਪਾਈ ਤੱਕ। ਇਹ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਗ੍ਰਾਫਿਕਲੀ, ਮੈਂ ਤੁਹਾਨੂੰ ਬਹੁਤ ਤਰੀਕੇ ਨਾਲ ਸਮਝਾਇਆ। ਅਤੇ ਹੁਣ ਤੁਸੀਂ ਇਹਦਾ ਡੈਰੀਵੇਟਿਵ ਫੋਰਮ 'ਚ ਇਹਦਾ ਸਲਿਊਸ਼ਨ ਦੇਖੋ। ਡੈਰੀਵੇਟਿਵ ਫੋਰਮ 'ਚ F'X ਕਿੰਨਾ ਆਏਗਾ ਆਪਣੇ ਕੋਲ? ਕੋਸ ਐਕਸ ਆਏਗਾ, ਅਤੇ ਕੋਸ ਐਕਸ ਜਿਹੜਾ ਹੈਗਾ ਵਾ ਉਹ 0 ਤੋਂ ਲੈ ਕੇ π/2 ਦੇ ਵਿੱਚ ਨੈਗੇਟਿਵ ਨਹੀਂ ਹੁੰਦਾ, ਮਤਲਬ ਉਹ ਗ੍ਰੇਟਰ ਦੈਨ 0 ਹੁੰਦਾ। ਇਹ ਕਲੀਅਰ ਨਾ, ਓਪਨ ਇੰਟਰਵਲ ਦਿੱਤਾ ਹੋਇਆ ਆਪਾਂ ਨੂੰ, ਤਾਂ ਇਹ ਗ੍ਰੇਟਰ ਦੈਨ 0 ਆ। ਜੇ ਗ੍ਰੇਟਰ ਦੈਨ 0 ਆ ਤਾਂ ਇਨਕਰੀਜ਼ਿੰਗ ਹੋ ਗਿਆ ਇਨ 0 to π/2। ਹੁਣ F'X ਦੀ ਗੱਲ ਕਰਦੇ ਹਾਂ ਆਪਾਂ, F'X ਇਕੁਅਲ ਟੂ ਕੋਸ ਐਕਸ, ਇਹ ਲੈਸ ਦੈਨ 0 ਆਏਗਾ ਇਸ ਇੰਟਰਵਲ 'ਚ। ਰੀਜ਼ਨ ਕੀ ਆ? ਕਿਉਂਕਿ ਕੋਸ π/2 ਤੋਂ ਬਾਅਦ ਜਦੋਂ ਕੋਸ ਨੇ ਆਪਣਾ ਪਾਈ ਤੱਕ ਪਹੁੰਚਣਾ, ਉੱਥੇ ਕੀ ਆ ਜਾਏਗਾ ਆਪਣੇ ਕੋਲ? ਲੈਸ ਦੈਨ 0। ਤੁਸੀਂ ਵੈਲਿਊ ਚਾਰਟ ਵੀ ਚੈੱਕ ਕਰ ਸਕਦੇ ਹੋ, ਡਾਇਰੈਕਟਲੀ ਗ੍ਰਾਫ ਵੀ ਚੈੱਕ ਕਰ ਸਕਦੇ ਹੋ। ਠੀਕ ਹੈ ਜੀ, ਤਾਂ ਉੱਥੇ ਇਹ ਫੰਕਸ਼ਨ ਕੀ ਹੋਏਗਾ? ਡਿਕਰੀਜ਼ਿੰਗ ਇਨ π/2 ਤੋਂ ਪਾਈ ਤੱਕ। ਸੋ ਇੱਥੇ ਆ ਕੇ ਆਪਣਾ ਇਹ ਕੁਐਸਚਨ ਓਵਰ ਹੋ ਜਾਂਦਾ। ਹੁਣ ਇਹ 'ਚ ਜਿਹੜੀ ਨਵੀਂ ਟਾਈਪ ਦੇ ਕੁਐਸਚਨਸ ਆਉਣੇ ਆ, ਉਹ ਕੁਛ ਇਸ ਤਰ੍ਹਾਂ ਦੇ ਆਉਂਦੇ ਆ। ਫਾਈਂਡ ਦਾ ਇੰਟਰਵਲ, ਇੰਟਰਵਲ ਆਪਾਂ ਫਾਈਂਡ ਕਰਨੇ ਆ ਵੀ ਕਿਹੜੇ ਇੰਟਰਵਲ 'ਚ ਫੰਕਸ਼ਨ ਇਨਕਰੀਜ਼ਿੰਗ ਆ ਅਤੇ ਕਿਹੜੇ ਇੰਟਰਵਲ 'ਚ ਫੰਕਸ਼ਨ ਡਿਕਰੀਜ਼ਿੰਗ ਆ। ਇੰਟਰਵਲ ਜਦੋਂ ਵੀ ਫਾਈਂਡ ਕਰਨ ਦੀ ਗੱਲ ਆਉਂਦੀ ਆ, ਤਾਂ ਆਪਾਂ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਹੁੰਦਾ ਵਾ? ਆਪਣਾ ਸਭ ਤੋਂ ਪਹਿਲਾ ਕੰਮ ਇਹ ਹੈ ਵੀ ਆਪਾਂ ਫੰਕਸ਼ਨ ਦਾ ਡੈਰੀਵੇਟਿਵ ਕੱਢ ਕੇ ਉਹਨੂੰ ਇਕੁਅਲ ਟੂ 0 ਰੱਖਾਂਗੇ, ਉੱਥੋਂ ਆਪਾਂ ਐਕਸ ਦੀਆਂ ਵੈਲਿਊਜ਼ ਫਾਈਂਡ ਕਰਾਂਗੇ। ਹੁਣ ਦੇਖੋ ਇੱਥੇ F'X ਕਿੰਨਾ ਆਏਗਾ? 4x-3। ਠੀਕ ਹੈ ਜੀ, ਤਾਂ F'X ਇਕੁਅਲ ਟੂ 0 ਇੰਪਲਾਈਜ਼ ਐਕਸ ਦੀ ਵੈਲਿਊ ਕਿੰਨੀ ਆ ਜਾਏਗੀ? ਉੱਥੋਂ ਆਪਣੇ ਕੋਲ 3/4 ਆ ਜਾਏਗੀ। ਆਹ ਚੀਜ਼ ਨੂੰ ਇਕੁਅਲ ਟੂ 0 ਰੱਖਿਆ ਤਾਂ ਐਕਸ ਦੀ ਵੈਲਿਊ ਕਿੰਨੀ ਆ ਗਈ? 3/4। ਹੁਣ ਜਿਹੜੀ ਇਹ 3/4 ਵੈਲਿਊ ਆਈ ਆ, ਇਹਨੇ ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ ਵਾਲੀ ਨੰਬਰ ਲਾਈਨ ਨੂੰ 2 ਪਾਰਟਸ ਡਿਵਾਈਡ ਕਰਤਾ। ਠੀਕ ਹੈ ਜੀ, ਮਤਲਬ 2 ਇੰਟਰਵਲਸ ਆ ਗਏ, ਮਾਈਨਸ ਇਨਫਿਨਿਟੀ ਤੋਂ 3/4 ਅਤੇ ਅਗਲਾ ਇੰਟਰਵਲ ਆ ਗਿਆ ਆਪਣੇ ਕੋਲ 3/4 ਤੋਂ ਇਨਫਿਨਿਟੀ ਤੱਕ ਦਾ। ਹੁਣ ਆਪਾਂ ਇਹਨਾਂ ਦੋਨਾਂ ਇੰਟਰਵਲਸ ਦੇ ਵਿੱਚ ਡਿਸਕਸ਼ਨ ਕਰਾਂਗੇ F'X ਦੀ। ਮਾਈਨਸ ਇਨਫਿਨਿਟੀ ਤੋਂ 3/4 ਦੇ ਵਿੱਚੋਂ ਮੈਂ ਇੱਕ ਨੰਬਰ ਪਿੱਕ ਕਰਦਾ -1। -1 ਨੂੰ ਜਦੋਂ ਮੈਂ ਇੱਥੇ ਪਿੱਕ ਕਰੂੰਗਾ ਤਾਂ ਨੈਗੇਟਿਵ ਆ ਜੂਗਾ, ਮਤਲਬ ਕੀ ਆ? F'X ਲੈਸ ਦੈਨ 0 ਆ ਗਿਆ। ਠੀਕ ਹੈ, ਫੋਰ ਐਕਸ ਬਿਲੋਂਗਿੰਗਸ ਟੂ, ਜਦੋਂ ਐਕਸ ਕਿਹਨੂੰ ਬਿਲੋਂਗ ਕਰਦੀ ਆ? ਮਾਈਨਸ ਇਨਫਿਨਿਟੀ ਤੋਂ 3/4, ਤਾਂ ਸੋ ਇਹ ਕੀ ਹੋ ਜੂਗਾ? ਇੱਥੇ ਡਿਕਰੀਜ਼ਿੰਗ ਹੋ ਜੂਗਾ। ਸਿਮਿਲਰਲੀ ਆਪਾਂ F'X ਦੀ ਗੱਲ ਕਰਦੇ ਹਾਂ, 3/4 ਤੋਂ ਇਨਫਿਨਿਟੀ, 3/4 ਇਜ਼ ਅ ਪੋਜ਼ਿਟਿਵ ਕੁਆਂਟਿਟੀ। 3/4 ਤੋਂ ਬਾਅਦ ਮੈਂ 5 ਚੁੱਕ ਲਾਂ, 5 ਜਦੋਂ ਮੈਂ ਇੱਥੇ ਪਿੱਕ ਕਰੂੰਗਾ ਜਾਂ 4 ਮੈਂ ਇੱਥੇ ਪਿੱਕ ਕਰੂੰਗਾ, 3 ਵੀ ਕੁਛ ਵੀ ਮਤਲਬ ਨੰਬਰ ਇੱਥੇ ਮੈਂ ਪਿੱਕ ਕਰੂੰਗਾ, ਇਹਦਾ ਆਨਸਰ ਕਦੇ ਵੀ ਕੀ ਆ? ਨੈਗੇਟਿਵ ਨਹੀਂ ਆਊਗਾ, ਇਹ ਗ੍ਰੇਟਰ ਦੈਨ 0 ਆਊਗਾ ਫੋਰ ਆਲ ਐਕਸ ਬਿਲੋਂਗਿੰਗਸ ਟੂ 3/4 -infinity ਤੱਕ। ਠੀਕ ਹੈ, ਸੋ ਇੱਥੇ ਕੀ ਹੋ ਗਿਆ ਫੰਕਸ਼ਨ? ਇਹ ਇਨਕਰੀਜ਼ਿੰਗ ਹੋ ਗਿਆ। ਸੋ ਆਪਾਂ ਇਸ ਤਰ੍ਹਾਂ ਨਾਲ ਇੰਟਰਵਲ ਫਾਈਂਡ ਕਰਕੇ ਇਹਨੂੰ ਸੋਲਵ ਕਰਾਂਗੇ। ਕੁਐਸਚਨ ਨੰਬਰ 5 ਇਜ਼ ਆਲਸੋ ਸੇਮ, ਉਹ 'ਚ ਇੰਟਰਵਲਸ ਹੀ ਫਾਈਂਡ ਕਰਨੇ ਆ। 6th ਕੁਐਸਚਨ ਦੇ ਸਾਰੇ ਪਾਰਟਸ ਦੇ ਵਿੱਚ ਆਪਾਂ ਸੇਮ ਤਰੀਕੇ ਦੇ ਨਾਲ ਇੰਟਰਵਲਸ ਫਾਈਂਡ ਕਰਾਂਗੇ।
ਆਫਟਰਵਰਡਸ ਐਨ ਇੰਪੋਰਟੈਂਟ ਕੁਐਸਚਨ ਕੁਐਸਚਨ ਨੰਬਰ 7 ਵੀ ਵਿਲ ਸੀ ਹੇਅਰ। ਸੈਵਨਥ ਕੁਐਸਚਨ ਦੇ ਵਿੱਚ ਆਪਾਂ ਨੂੰ ਇਹ ਪੁੱਛਿਆ ਗਿਆ ਵਾ ਉਹਨਾਂ ਵੱਲੋਂ ਵੀ ਇਹ ਸ਼ੋਅ ਕਰੋ ਵੀ ਜਿਹੜੇ ਫੰਕਸ਼ਨ ਆ ਇਹ ਇਨਕਰੀਜ਼ਿੰਗ ਫੰਕਸ਼ਨ ਆ ਥਰੋ ਆਊਟ ਇਟਸ ਡੋਮੇਨ, ਮਤਲਬ ਪੂਰੀ ਡੋਮੇਨ ਦੇ ਥਰੋ ਇਹ ਫੰਕਸ਼ਨ ਕੀ ਆ, ਇਨਕਰੀਜ਼ਿੰਗ ਫੰਕਸ਼ਨ ਆ। ਤਾਂ ਹੁਣ ਆਪਾਂ ਵਾਈ ਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਆ, ਆਪਾਂ ਫਾਈਂਡ ਕਰਨਾ ਵਾ ਵਾਈ ਡੈਸ਼। ਵਾਈ ਡੈਸ਼ ਮਤਲਬ ਇਹਦਾ ਡੈਰੀਵੇਟਿਵ, ਡੈਰੀਵੇਟਿਵ ਲੋਗ ਆਫ 1 ਪਲੱਸ ਐਕਸ ਆਏਗਾ 1 ਓਵਰ 1 ਪਲੱਸ ਐਕਸ। ਠੀਕ ਹੈ ਜੀ, 1 ਪਲੱਸ ਐਕਸ ਦਾ ਅੱਗਿਓਂ ਕਿੰਨਾ ਆਊਗਾ ਫਿਰ 1 ਦਾ 0, ਐਕਸ ਦਾ 1, ਤਾਂ ਇੱਥੇ ਲਿਖ ਦਿੰਦੇ ਹਾਂ ਮਾਈਨਸ। ਇੱਥੇ ਆਪਣੇ ਕੋਲ ਕੀ ਲੱਗੇਗਾ, ਕੋਸ਼ੈਂਟ ਰੂਲ, ਮਤਲਬ 2 ਪਲੱਸ ਐਕਸ ਦਾ ਹੋਲ ਸਕੇਅਰ, ਫਿਰ ਇੱਥੇ 2 ਪਲੱਸ ਐਕਸ ਐਜ਼ ਇਟ ਇਜ਼, ਅਤੇ 2 ਐਕਸ ਦਾ ਕਿੰਨਾ ਹੋ ਜਾਏਗਾ, ਹਾਂਜੀ ਇਹ 2 ਐਕਸ ਦਾ ਕਿੰਨਾ ਹੋਏਗਾ, 2 ਹੋਏਗਾ ਆਪਣੇ ਕੋਲ ਇੱਥੇ ਮਾਈਨਸ। ਫਿਰ 2 ਐਕਸ ਐਜ਼ ਇਟ ਇਜ਼ ਨੀਚੇ ਵਾਲਾ ਜਿਹੜਾ 2 ਪਲੱਸ ਐਕਸ ਆ ਉਹਦਾ ਕਿੰਨਾ ਹੋ ਜੂਗਾ 1, ਤਾਂ ਇਹ ਰਿਜ਼ਲਟ ਆ ਗਿਆ 1 ਓਵਰ 1 ਪਲੱਸ ਐਕਸ ਮਾਈਨਸ। ਇੱਥੇ ਆਪਾਂ ਇਹਨੂੰ ਅੰਦਰੋਂ ਸੋਲਵ ਕਰਦੇ ਹਾਂ, 2 2 ਇਜ਼ ਦਾ 4 ਪਲੱਸ 2 ਐਕਸ ਮਾਈਨਸ 2 ਐਕਸ ਓਵਰ 2 ਪਲੱਸ ਐਕਸ ਦਾ ਹੋਲ ਸਕੁਆਇਰ। ਆ 2 ਐਕਸ ਨਾਲ 2 ਐਕਸ ਕੈਂਸਲ ਹੋ ਗਿਆ, 4 ਓਵਰ ਦਿਸ 1 ਬਚਿਆ। ਐਲਸੀਅਮ ਕਿੰਨਾ ਆਏਗਾ ਆਪਣੇ ਕੋਲ ਇੱਥੇ, 1 ਪਲੱਸ ਐਕਸ ਆਏਗਾ ਆਪਣੇ ਕੋਲ ਇਹਦਾ ਐਲਸੀਅਮ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਨਾਲ ਇਹਦਾ ਐਲਸੀਅਮ ਕਿੰਨਾ ਆਏਗਾ ਆਪਣੇ ਕੋਲ, ਹਾਂਜੀ 1 ਪਲੱਸ ਐਕਸ ਐਂਡ 2 ਪਲੱਸ ਐਕਸ ਦਾ ਹੋਲ ਸਕੇਅਰ, ਇਹ ਆ ਗਿਆ ਆਪਣੇ ਕੋਲ ਐਲਸੀਅਮ। ਅਤੇ ਇੱਥੇ ਆਏਗਾ ਆਪਣੇ ਕੋਲ ਉੱਪਰ 2 ਪਲੱਸ ਐਕਸ ਦਾ ਹੋਲ ਸਕੇਅਰ ਮਾਈਨਸ 4 ਟਾਈਮਸ 1 ਪਲੱਸ ਐਕਸ। ਇਸ ਕੈਲਕੂਲੇਸ਼ਨ ਨੂੰ ਸੋਲਵ ਕਰਕੇ ਤੁਹਾਡੇ ਕੋਲ ਰਿਜ਼ਲਟ ਕੀ ਆਏਗਾ, ਐਕਸ ਸਕੇਅਰ ਓਵਰ 1 ਪਲੱਸ ਐਕਸ 2 ਪਲੱਸ ਐਕਸ ਦਾ ਹੋਲ ਸਕੇਅਰ, ਇਹ ਰਿਜ਼ਲਟ ਆ ਗਿਆ ਆਪਣੇ ਕੋਲ। ਹੁਣ ਇਹਨੂੰ ਆਪਾਂ ਡੈਰੀਵੇਟਿਵ ਨੂੰ, ਇੰਟਰਵਲ ਹੈ ਨਹੀਂ ਗਾ ਤਾਂ ਇਕੁਅਲ ਟੂ 0 ਰੱਖਾਂਗੇ। ਦਿਸ ਇੰਪਲਾਈਜ਼ ਆ ਨੀਚੇ ਵਾਲਾ ਤਾਂ ਉੱਧਰ ਜਾ ਕੇ 0 ਹੋ ਹੀ ਜਾਣਾ ਆਪਣੇ ਕੋਲ, ਤਾਂ ਉੱਪਰ ਕੀ ਰਹਿ ਗਿਆ, ਐਕਸ ਸਕੇਅਰ ਇਕੁਅਲ ਟੂ 0। ਦਿਸ ਇੰਪਲਾਈਜ਼ ਐਕਸ ਦੀ ਵੈਲਿਊ ਕਿੰਨੀ ਆ ਗਈ, 0 ਆ ਗਈ ਆਪਣੇ ਕੋਲ। ਹੁਣ ਦੇਖੋ ਐਕਸ ਦੀ ਵੈਲਿਊ ਉਹਨਾਂ ਨੇ ਕਿਹਾ ਵਾ ਵੀ ਗ੍ਰੇਟਰ ਦੈਨ 1 ਆ, ਇਹਦਾ ਮਤਲਬ ਜੋ ਇੰਟਰਵਲ ਬਣੂਗਾ ਉਹ 1 ਤੋਂ 0 ਬਣੇਗਾ ਅਤੇ 0 ਤੋਂ ਇਨਫਿਨਿਟੀ, ਗ੍ਰੇਟਰ ਦੈਨ ਮਾਈਨਸ 1। ਓਪਨ ਇੰਟਰਵਲਸ ਇੱਦਾਂ ਦੇ ਬਣਨਗੇ। ਇਹਨਾਂ ਦੋ ਦੇ ਉੱਪਰ ਆਪਾਂ ਆ ਜੋ ਡੈਰੀਵੇਟਿਵ ਫਾਈਂਡ ਕੀਤਾ, ਹੁਣ ਆਪਾਂ ਇਹਦੀ ਡਿਸਕਸ਼ਨ ਕਰਾਂਗੇ ਵੀ ਇਹ ਇਨਕਰੀਜ਼ਿੰਗ ਹੈ ਜਾਂ ਡਿਕਰੀਜ਼ਿੰਗ ਹੈ ਇਹਨਾਂ ਇੰਟਰਵਲਸ ਦੇ ਉੱਪਰ। ਪਹਿਲਾਂ ਆਪਾਂ ਮਾਈਨਸ 1 ਤੋਂ 0 ਦੀ ਗੱਲ ਕਰਦੇ ਹਾਂ। ਮਾਈਨਸ 1 ਤੋਂ 0 ਦੇ ਵਿੱਚ ਦੇਖੋ ਹੁਣ ਆਪਾਂ ਕਰਨਾ ਕੀ ਹੈ ਰਾਜੇ ਕੁਐਸਚਨ ਦਾ, ਦੇਖੋ ਮਾਈਨਸ 1 ਤੋਂ 0 ਦੇ ਵਿੱਚ ਹੁਣ ਐਕਸ ਜਿਹੜੀ ਹੈਗੀ ਆ, ਇੱਥੇ ਮਾਈਨਸ 1 ਤੋਂ 0 ਦਾ ਮਤਲਬ ਕੀ ਆ, ਮਾਈਨਸ 1 ਇਜ਼ ਲੈਸ ਦੈਨ ਐਕਸ ਇਜ਼ ਲੈਸ ਦੈਨ 0। ਠੀਕ ਹੈ ਜੀ, ਹੁਣ ਐਕਸ ਲੈਸ ਦੈਨ 0 ਆ, ਦਿਸ ਇੰਪਲਾਈਜ਼ ਜਿਹੜਾ ਐਕਸ ਦਾ ਸਕੇਅਰ ਆ ਉਹ ਕੀ ਹੋਏਗਾ ਆਪਣੇ ਕੋਲ, ਗ੍ਰੇਟਰ ਦੈਨ 0 ਹੋ ਜੂਗਾ। ਐਕਸ ਦਾ ਕਿਸੇ ਵੀ ਚੀਜ਼ ਦਾ ਸਕੇਅਰ ਕਿਉਂਕਿ ਲੈਸ ਦੈਨ ਨਹੀਂ ਹੋ ਸਕਦਾ, ਤਾਂ ਉਸ ਗ੍ਰੇਟਰ ਦੈਨ 0 ਹੋ ਜਾਏਗਾ। ਅਤੇ ਐਕਸ ਗ੍ਰੇਟਰ ਦੈਨ ਕਿਤੋਂ ਆ, ਮਾਈਨਸ 1 ਤੋਂ। ਦਿਸ ਇੰਪਲਾਈਜ਼ ਜੇ ਮੈਂ 2 ਪਲੱਸ ਐਕਸ ਦੀ ਗੱਲ ਕਰਾਂ ਉਹ ਗ੍ਰੇਟਰ ਦੈਨ 0 ਆ ਜੂਗੀ ਆਪਣੇ ਕੋਲ। ਦਿਸ ਇੰਪਲਾਈਜ਼ ਜੇ 2 ਪਲੱਸ ਐਕਸ ਸਕੇਅਰ ਦੀ ਗੱਲ ਕਰਾਂ ਉਹ ਵੀ ਮੇਰੇ ਕੋਲ ਗ੍ਰੇਟਰ ਦੈਨ ਕੀ ਆਊਗਾ, 0। ਸਾਰੀਆਂ ਟਰਮਸ ਜੇ ਗ੍ਰੇਟਰ ਦੈਨ 0 ਆ ਰਹੀਆਂ ਨੇ, ਦੇਅਰ ਫੋਰ ਐਕਸ ਸਕੇਅਰ ਵੀ ਕਵਰ ਕਰ ਲਿਆ, 1 ਪਲੱਸ ਐਕਸ ਵੀ ਕਵਰ ਕਰ ਲਿਆ ਆਪਾਂ, ਅਤੇ 2 ਪਲੱਸ ਐਕਸ ਜਿਹੜਾ ਹੈਗਾ ਉਹ ਵੀ ਕਵਰ ਕਰ ਲਿਆ ਉਹਦਾ ਸਕੇਅਰ। ਇਹ ਸਾਰਾ ਕੀ ਹੈ, ਗ੍ਰੇਟਰ ਦੈਨ 0। ਦਿਸ ਇੰਪਲਾਈਜ਼ ਜੋ ਵਾਈ ਡੈਸ਼ ਆ ਉਹ ਗ੍ਰੇਟਰ ਦੈਨ 0 ਆ ਗਿਆ, ਅਤੇ ਜੇ ਵਾਈ ਡੈਸ਼ ਗ੍ਰੇਟਰ ਦੈਨ 0 ਆ ਜਾਵੇ ਤਾਂ ਫੰਕਸ਼ਨ ਕੀ ਹੁੰਦਾ ਆਪਣੇ ਕੋਲ, ਇਨਕਰੀਜ਼ਿੰਗ। ਹੁਣ ਆਪਾਂ ਗੱਲ ਕਰਾਂਗੇ 0 ਤੋਂ ਇਨਫਿਨਿਟੀ। ਰਾਜੇ 0 ਤੋਂ ਇਨਫਿਨਿਟੀ ਦੇ ਵਿੱਚ ਸਾਰੇ ਨੰਬਰ ਪੋਜ਼ਿਟਿਵ ਆਉਂਦੇ ਆ, ਅਤੇ ਇਹ ਸਾਰੀ ਦੀ ਸਾਰੀ ਕੁਆਂਟੀ ਵੀ ਕੀ ਹੈ, ਪੋਜ਼ਿਟਿਵ ਆ। ਤਾਂ 0 ਟੂ ਇਨਫਿਨਿਟੀ ਇੰਪਲਾਈਜ਼ ਵਾਈ ਡੈਸ਼ ਜਿਹੜਾ ਹੈਗਾ ਉਹ ਕਲੀਅਰਲੀ ਗ੍ਰੇਟਰ ਦੈਨ 0 ਆ, ਸੋ ਇੱਥੇ ਵੀ ਕੀ ਹੋ ਗਿਆ, ਇਨਕਰੀਜ਼ਿੰਗ। ਦੋਨੋਂ ਜਗ੍ਹਾ 'ਤੇ ਇਹ ਫੰਕਸ਼ਨ ਇਨਕਰੀਜ਼ਿੰਗ ਸ਼ੋਅ ਹੋ ਗਿਆ, ਇਸ ਲਈ ਆਪਾਂ ਇੱਥੇ ਕੀ ਕਹਾਂਗੇ ਵੀ ਇਹ ਫੰਕਸ਼ਨ ਕੀ ਹੈ ਆਪਣਾ ਜੋ ਦਿੱਤਾ ਹੋਇਆ, ਇਜ਼ ਐਨ ਇਨਕਰੀਜ਼ਿੰਗ ਫੰਕਸ਼ਨ ਥਰੋ ਆਊਟ ਇਟਸ ਡੋਮੇਨ, ਵੀ ਆਪਣੀ ਪੂਰੀ ਡੋਮੇਨ ਦੇ ਵਿੱਚ ਇਹ ਜਿਹੜਾ ਫੰਕਸ਼ਨ ਹੈ ਇਹ ਕੀ ਹੈ, ਇਨਕਰੀਜ਼ਿੰਗ ਫੰਕਸ਼ਨ ਆਪਣੇ ਕੋਲ। ਇਸ ਤੋਂ ਬਾਅਦ ਰਾਜੇ ਫਾਈਂਡ ਦਾ ਵੈਲਿਊ ਆਫ ਐਕਸ ਫੋਰ ਵਿੱਚ ਵਾਈ ਇਜ਼ ਇਕੁਅਲ ਟੂ ਦਿਸ ਵਨ ਇਜ਼ ਐਨ ਇਨਕਰੀਜ਼ਿੰਗ ਫੰਕਸ਼ਨ, ਉਹ ਵੀ ਸੇਮ ਤਰੀਕੇ ਨਾਲ ਕਰਨਾ ਕੁਐਸਚਨ। ਕੁਐਸਚਨ ਨੰਬਰ 9 ਟ੍ਰਿਗਨੋਮੈਟ੍ਰਿਕ ਫੋਰਮ 'ਚ ਦਿੱਤਾ ਹੋਇਆ ਆਪਾਂ ਨੂੰ,
ਕੁਐਸਚਨ ਕਰਨ ਦਾ ਕ੍ਰਾਈਟੀਰੀਆ ਉਹਦੇ ਵਿੱਚ ਵੀ ਬਿਲਕੁਲ ਸੇਮ ਯੂਜ਼ ਕਰਾਂਗੇ। ਇਸ ਤੋਂ ਬਾਅਦ ਨੈਕਸਟ ਇਨ ਦਾ ਪ੍ਰੂਫ ਦੈਟ ਦਾ ਲੋਗਰਿਥਮੈਟਿਕ ਫੰਕਸ਼ਨ ਇਜ਼ ਸਟ੍ਰਿਕਟਲੀ ਇਨਕਰੀਜ਼ਿੰਗ ਇਨ 0 ਟੂ ਇਨਫਿਨਿਟੀ। 0 ਤੋਂ ਇਨਫਿਨਿਟੀ ਦੇ ਵਿੱਚ ਲੋਗ ਵਾਲਾ ਜਿਹੜਾ ਫੰਕਸ਼ਨ ਹੈ ਉਹ ਕੀ ਹੋਣਾ ਚਾਹੀਦਾ, ਵਾ ਸਟ੍ਰਿਕਟਲੀ ਇਨਕਰੀਜ਼ਿੰਗ ਹੋਣਾ ਚਾਹੀਦਾ। ਤਾਂ ਉਹਨੂੰ ਸਟ੍ਰਿਕਟਲੀ ਇਨਕਰੀਜ਼ਿੰਗ ਸ਼ੋਅ ਕਰਨ ਦੇ ਲਈ ਆਪਾਂ ਕੁਐਸਚਨ ਨੰਬਰ 10 ਦੇਖਦੇ ਹਾਂ। ਲੋਗਰਿਥਮੈਟਿਕ ਫੰਕਸ਼ਨ ਕਿੱਦਾਂ ਦਾ ਹੁੰਦਾ ਵਾ, ਲੋਗ ਐਕਸ। ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹ 0 ਤੋਂ ਇਨਫਿਨਿਟੀ ਦੀ ਗੱਲ ਕੀਤੀ ਜਾ ਰਹੀ ਹੈ, ਓਪਨ ਇੰਟਰਵਲ, ਮਤਲਬ ਆਪਾਂ 0 ਚੂਜ਼ ਨਹੀਂ ਕਰ ਸਕਦੇ, 0 ਤੋਂ ਬੜਾ ਨੰਬਰ ਹੀ ਚੂਜ਼ ਕਰਾਂਗੇ। ਵਾਈ ਡੈਸ਼ ਕਿੰਨਾ ਆਊਗਾ, 1/x, ਇਹ ਤਾਂ ਗ੍ਰੇਟਰ ਦੈਨ 0 ਆ ਨਾ, 1/x ਫੋਰ ਆਲ ਐਕਸ ਬਿਲੋਂਗਿੰਗਸ ਟੂ 0 ਟੂ ਇਨਫਿਨਿਟੀ। ਜਿੰਨੀ ਮਰਜ਼ੀ ਵੈਲਿਊ ਚੂਜ਼ ਕਰ ਲਓ ਤੁਸੀਂ ਐਕਸ ਦੀ 0 ਤੋਂ ਲੈ ਕੇ ਇਨਫਿਨਿਟੀ ਦੇ ਵਿੱਚ ਇਸ ਫੰਕਸ਼ਨ ਨੇ ਕੀ ਰਹਿਣਾ ਆਪਣੇ ਕੋਲ, ਗ੍ਰੇਟਰ ਦੈਨ 0। ਸੋ ਇਹ ਫੰਕਸ਼ਨ ਕੀ ਹੋ ਗਿਆ, ਇਨਕਰੀਜ਼ਿੰਗ ਫੰਕਸ਼ਨ ਹੋ ਗਿਆ ਆਪਣੇ ਕੋਲ। ਨੈਕਸਟ ਜਿਹੜਾ ਫੰਕਸ਼ਨ ਦਿੱਤਾ ਹੋਇਆ ਵਾ, ਪ੍ਰੂਫ ਦੈਟ ਦਾ ਫੰਕਸ਼ਨ fx ਇਕੁਅਲ ਟੂ ਐਕਸ ਸਕੇਅਰ ਮਾਈਨਸ ਐਕਸ ਪਲੱਸ 1 ਇਜ਼ ਨਾਈਦਰ ਇਨਕਰੀਜ਼ਿੰਗ ਨੋਰ ਸਟ੍ਰਿਕਟਲੀ ਡਿਕਰੀਜ਼ਿੰਗ ਔਨ -1 to 1। ਉਸ ਇੰਟਰਵਲ 'ਚ ਆਪਾਂ ਇਹ ਸ਼ੋਅ ਕਰਨਾ ਵਾ ਵੀ ਇਹ ਨਾ ਇਨਕਰੀਜ਼ਿੰਗ ਆ ਨਾ ਹੀ ਕੀ ਆ, ਡਿਕਰੀਜ਼ਿੰਗ। ਆਪਾਂ ਸਾਈਨ ਥੀਟਾ ਵਾਲਾ ਕੁਐਸਚਨ ਕੀਤਾ ਸੀ, ਸਾਈਨ ਥੀਟਾ ਵਾਲੇ ਕੁਐਸਚਨ 'ਚ ਆਪਾਂ ਇਹ ਕਿਹਾ ਸੀ ਵੀ 0 ਤੋਂ ਲੈ ਕੇ π/2 ਤੱਕ ਇਨਕਰੀਜ਼ਿੰਗ ਆ, π/2 ਤੋਂ ਲੈ ਕੇ ਪਾਈ ਤੱਕ ਡਿਕਰੀਜ਼ਿੰਗ ਆ, ਇਹੀ ਗੱਲ ਹੋਈ ਸੀ ਨਾ ਆਪਣੀ ਉੱਥੇ। ਅਤੇ ਜੇ 0 ਤੋਂ ਪਾਈ ਦੀ ਗੱਲ ਕਰਾਂਗੇ ਇਕੱਠਾ ਕੰਬਾਈਨਡ ਇੰਟਰਵਲ, ਤਾਂ ਉਹ 'ਚ ਨਾ ਉਹ ਇਨਕਰੀਜ਼ਿੰਗ ਆ ਅਤੇ ਨਾ ਹੀ ਉਹ ਡਿਕਰੀਜ਼ਿੰਗ। ਇਸੇ ਤਰ੍ਹਾਂ ਹੀ ਜਿਹੜਾ -1 to 1 ਵਾਲਾ ਇੰਟਰਵਲ ਆ ਨਾ, ਇਸ ਇੰਟਰਵਲ 'ਚ ਨਾ ਇਨਕਰੀਜ਼ਿੰਗ ਨਾ ਡਿਕਰੀਜ਼ਿੰਗ ਸ਼ੋਅ ਕਰਨ ਦੇ ਲਈ ਤੁਹਾਨੂੰ ਪਹਿਲਾਂ ਐਕਸ ਹੀ ਵੈਲਿਊ ਕੱਢਣੀ ਪੈਣੀ ਹੈ। ਮੰਨ ਲਓ ਵੀ ਤੁਹਾਡੀ ਐਕਸ ਹੀ ਵੈਲਿਊ ਆ ਜੂਗੀ ਇਸ ਕੁਐਸਚਨ 'ਚ 1/2, ਆਈ ਐਮ ਟਾਕਿੰਗ ਅਬਾਊਟ 11th, 1/2 ਆ ਜੂਗੀ, ਤਾਂ ਇਹ ਇੰਟਰਵਲ 2 ਪਾਰਟਸ 'ਚ ਬ੍ਰੇਕ ਹੋ ਗਿਆ। ਇੱਕ ਪਾਰਟ 'ਚ ਇਹਦੀ ਵੈਲਿਊ ਇਨਕਰੀਜ਼ ਕਰਦੀ ਹੋਊਗੀ, ਦੂਸਰੇ 'ਚ ਡਿਕਰੀਜ਼ ਕਰਦੀ ਹੋਊਗੀ। ਐਟ ਦ ਐਂਡ ਤੁਸੀਂ ਕੀ ਲਿਖ ਸਕਦੇ ਹੋ ਵੀ ਫੰਕਸ਼ਨ ਇਜ਼ ਨਾਈਦਰ ਇਨਕਰੀਜ਼ਿੰਗ ਨੋਰ ਡਿਕਰੀਜ਼ਿੰਗ। ਤਾਂ ਇਸ ਤਰ੍ਹਾਂ ਆਪਾਂ ਇਸ ਕੁਐਸਚਨ ਨੂੰ ਕੰਪਲੀਟ ਕਰ ਸਕਦੇ ਹਾਂ।